ਨੌਬਤ ਲਾਡਲੀ ਜਗਾਈ। ਮਹਾਰਾਣੀ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਣੀ ਕਾਲੀ ਨੇ ਆਪਣਾ ਪ੍ਰਸ਼ਾਦ, ਕਾਲਕਾ ਨੇ ਆਪਣਾ ਪ੍ਰਸ਼ਾਦ ਕੱਢ ਲਿਆ ਤੇ ਵੈਸ਼ਨੂ ਨੇ ਆਪਣਾ ਪ੍ਰਸ਼ਾਦ ਪਾ ਦਿੱਤਾ। ਫਿਰ ਉਹ ਪ੍ਰਸ਼ਾਦ ਕਾਹਦਾ ਹੋ ਗਿਆ ਜੀ? ਕਿਸ਼ਮਿਸ਼, ਮੇਵਾ, ਬਦਾਮ, ਸਾਰਾ ਪ੍ਰਸ਼ਾਦ ਵੈਸ਼ਨੂ ਦਾ ਹੋ ਗਿਆ, ਬਾਟੇ ਦਾ ਹੋ ਗਿਆ। ਰਾਣੀ ਤੂੰ ਕੋਈ ਜਾਦੂਗਰ ਨਾਰੀ, ਰਾਜਾ ਕਹਿ ਰਿਹਾ ਰਾਣੀ ਤੂੰ ਕੋਈ ਜਾਦੂਗਰ ਨਾਰੀ, ਤੂੰ ਸਹੀ ਗੱਲ ਆ। ਇਹਨਾਂ ਨੂੰ ਰਾਤ ਦੀ ਬੁਲਾਇਆ ਨਹੀਂ, ਇਹਨਾਂ ਨੂੰ ਪਹਿਲੇ ਕਹਿ ਕਰਕੇ ਤੁਸੀਂ ਕਥਾ ਤੇ ਹੀ ਬਹਿਣਾ ਦੋਨਾਂ ਨੇ। ਬਸ ਠੀਕ ਹੈ, ਠੀਕ ਹੈ, ਸਭ ਤੋਂ ਵਧੀਆ ਗੱਲ। ਬੱਚੇ ਸਮਝਦਾਰ ਨਹੀਂ? ਬਹੁਤ ਵਧੀਆ ਭਾਜੀ, ਬਹੁਤ ਵਧੀਆ। ਇੰਨਾ ਕੁ ਮੈਂ ਤੁਹਾਨੂੰ ਰਾਤੀ ਵੀ ਦੱਸਿਆ ਸੀ, ਇੰਨਾ ਕੁ ਜ਼ਰੂਰੀ ਧਰਮ ਬਾਰੇ ਜ਼ਰੂਰੀ ਹੋਣਾ ਚਾਹੀਦਾ। ਹੁਣ ਕੱਲ ਨੂੰ ਆਪਾਂ ਜਗਰਾਤੇ ਤੇ ਮਿਲਣਾ ਵਾ ਤੇ ਉੱਥੇ ਤੈਨੂੰ ਪੁੱਛਣੀਆਂ ਨੇ ਉਹ ਗੱਲਾਂ, ਮੈਂ ਦੱਸੂਗਾ ਨਾ, ਐਡਰੈਸ ਦੱਸ ਕੇ ਜਾਵਾਂਗੇ ਤੁਹਾਨੂੰ ਅਸੀਂ। ਕਹੋ ਸੱਚੇ ਦਰਬਾਰ ਕੀ, ਸੱਚੇ ਦਰਬਾਰ ਕੀ। ਜਗਾਰਾ ਸ਼ੇਰਾ ਵਾਲੀ ਦਾ ਪ੍ਰਸ਼ਾਦ ਵੈਸ਼ਨੂ ਦਾ ਹੋ ਗਿਆ। ਰਾਣੀ ਤੂੰ ਕੋਈ ਜਾਦੂਗਰ ਨਾਰੀ, ਜੋ ਚੀਜ਼ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਉਹਨਾਂ ਸੇ ਇੱਕ ਨਾ ਨੀ ਹਾਰੀ। ਰਾਣੀ ਤੂੰ ਕੋਈ ਜਾਦੂਗਰ ਨਾਰੀ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਆਪਣੀ ਝੋਲੀ ਦੇ ਵਿੱਚ ਤੂੰ ਮਾਸ ਦਾ ਪ੍ਰਸ਼ਾਦ ਪਵਾਇਆ। ਹੁਣ ਇਹ ਪ੍ਰਸ਼ਾਦ ਬਦਲ ਗਿਆ, ਕਿਸ ਤਰ੍ਹਾਂ ਬਦਲ ਗਿਆ? ਰਾਣੀ ਕਹਿ ਰਹੀ ਰਾਜਾ ਇਹ ਜਾਦੂ ਨਹੀਂ ਹੈ, ਇਹ ਜਾਦੂ ਨਹੀਂ ਹੈ, ਇਸ ਇਹ ਮੇਰੀ ਉਸ ਮਹਾਰਾਣੀ ਦਾ ਪੰਥ ਹੈ। ਪੰਥ ਚੱਲਿਆ ਨਹੀਂ ਜਾਣਾ ਰਾਜਾ, ਪੰਥ ਮੇਰਾ ਨਾ ਵਿਆਹ। ਰਾਜਾ ਕਹਿ ਰਿਹਾ ਵਾ ਇਹ ਪੰਥ ਫੁੱਲਾਂ ਦੇ ਹਾਰ ਨੇ, ਮੈਂ ਇਹਨਾਂ ਨੂੰ ਨਾ ਫੁੱਲਾਂ ਦੇ ਹਾਰਾਂ ਨੂੰ ਗਲੇ ਦੇ ਵਿੱਚ ਪਾ ਕੇ ਫੁੱਲਾਂ ਦੇ ਹਾਰ ਸਮਝ ਕੇ ਰੱਖਾਂਗਾ, ਤੂੰ ਪੰਥ ਦੱਸ। ਕਹਿੰਦੇ ਰਾਜਾ ਪੰਥ ਵੇਖਿਆ ਵੇਲਾ ਹੱਥ ਨਹੀਂ ਆਉਣਾ, ਪੰਥ ਵੇਖਿਆ ਵੇਲਾ ਹੱਥ ਨਹੀਂ ਆਉਣਾ, ਫਿਰ ਪਛਤਾਏਗਾ ਹਮੇਸ਼ ਵੀ ਰਾਜਾ, ਗੋਦ ਮੇਰੀ ਨਾ ਵੇਖ। ਕਹਿੰਦੇ ਰਾਣੀ ਪੰਥ ਦੱਸਦੀ ਹੈ ਜਾਂ ਤੇਰਾ ਸਿਰ ਧੜ ਦੇ ਨਾਲ ਅਲੱਗ ਕਰਦੇ ਆ, ਵੀ ਤੂੰ ਹਜੇ ਵੀ ਝੂਠ ਬੋਲ ਰਹੀ ਹੈ। ਜੇ ਪੰਥ ਮੇਰਾ ਤਾਂ ਵੇਖਣਾ ਰਾਜਾ ਜੀ, ਮੇਰੀ ਪਹਿਲੜੀ ਕਾਰਨ ਵਾ ਆਪਣੇ ਗ੍ਰਹਿ ਮੈਂ ਚੰਡੀ ਯੱਗ ਕਰਾਂ, ਆਪਦੇ ਘਰ ਦੇ ਵਿੱਚ ਹਵਨ ਕੁੰਡ ਤਿਆਰ ਕਰ ਔਰ ਉੱਥੇ ਚੰਡੀ ਦਾ ਯੱਗ ਕਰਵਾ। ਤੇਰਾ ਨੀਲਾ ਘੋੜਾ ਜਿਹਦੀ ਤੂੰ ਕਦੇ ਸਵਾਰੀ ਨਹੀਂ ਕੀਤੀ, ਆਪਣੀ ਸ਼ਾਨ ਵਾਸਤੇ ਨੀਲਾ ਘੋੜਾ ਲਿਆ ਕੇ ਖੜਾ ਕੀਤਾ ਹੋਇਆ, ਉਸਦਾ ਸੀਸ ਲਿਆ, ਉਹਦੀਆਂ ਅਹੁਤੀਆਂ ਕਰਕੇ ਇਸਦੇ ਵਿੱਚ ਚੰਡੀ ਯੱਗ ਦੇ ਵਿੱਚ ਪਾ ਦੇ। ਕਹਿੰਦੇ ਖਿੱਚ ਖੰਡਾ ਰਾਜੇ ਤੁਰ ਪਿਆ, ਪਹੁੰਚੇ ਤਬੇਲੇ ਵਿੱਚ ਜਾ, ਖਿੱਚ ਖੰਡਾ ਰਾਜੇ ਮਾਰਿਆ ਲਿਆ, ਘੋੜੇ ਦਾ ਸੀਸ ਉਤਾਰ, ਸੀਸ ਫੜੇ ਫੜ ਆਮ ਦਾ ਤਾਰਾ ਮੋਹੇ ਪੰਥ ਪਤਾ। ਰਾਜਾ ਹਜੇ ਇਹ ਬੇਜ਼ੁਬਾਨ ਘੋੜੇ ਨੂੰ ਮਾਰ ਕੇ ਤੂੰ ਪੰਥ ਪੁੱਛਦਾ, ਇੱਦਾਂ ਕਰ ਇਸ ਘੋੜੇ ਦੀਆਂ ਅਹੁਤੀਆਂ ਕਰਕੇ ਹਵਨ ਕੁੰਡ ਦੇ ਵਿੱਚ ਪਾ ਦੇ। ਅਹੁਤੀਆਂ ਕਰਕੇ ਹਵਨ ਕੁੰਡ ਦੇ ਵਿੱਚ ਪਾ ਦਿੱਤੀਆਂ। ਕਹਿੰਦੀ ਸੁੰਦਰ ਜੋ ਬੇਟਾ ਤੇਰਾ ਲਾਡਲਾ, ਰਾਜਾ ਇੱਕੋ ਇੱਕ ਪੁੱਤਰ ਹੈ ਤੇਰਾ ਅੱਖੀਆਂ ਦਾ ਤਾਰਾ। ਭਾਜੀ ਪੰਜ ਜਗ੍ਹਾ ਤੇ ਉਹ ਪ੍ਰਸ਼ਾਦ ਪਵਾ ਲਿਓ। ਰਾਜੂ ਭਾਜੀ ਦੱਸਿਓ, ਰਾਜਾ ਇੱਕੋ ਇੱਕ ਪੁੱਤਰ ਹੈ ਤੇਰਾ ਅੱਖੀਆਂ ਦਾ ਤਾਰਾ, ਹੁਣ ਉਸਦਾ ਸੀਸ ਕੱਟ ਕੇ ਲਿਆ। ਕਹਿੰਦੇ ਖਿੱਚ ਖੰਡਾ ਰਾਜੇ ਤੁਰ ਪਿਆ, ਪਹੁੰਚਿਆ ਮਹਿਲਾਂ ਵਿੱਚ ਜਾ, ਪਹੁੰਚਿਆ ਮਹਿਲਾਂ ਵਿੱਚ ਜਾ, ਖਿੱਚ ਖੰਡਾ ਰਾਜੇ ਮਾਰਿਆ ਲਿਆ, ਬੇਟੇ ਦਾ ਸੀਸ ਉਤਾਰ, ਬੇਟੇ ਦਾ ਸੀਸ ਉਤਾਰ ਕੇ ਲਿਆਂਦਾ, ਸੀਸ ਫੜੇ ਫੜ ਆਮ ਦਾ ਤਾਰਾ ਮੋਹੇ ਪੰਥ ਪਤਾ। ਆਪਣੇ ਪੁੱਤਰ ਦਾ ਸੀਸ ਕੱਟ ਕੇ ਲਿਆ ਆ ਤਾਰਾ, ਹੁਣ ਤਾਂ ਪੰਥ ਦੱਸ, ਹੁਣ ਤਾਂ ਮੈਂ ਆਪਣੇ ਪੁੱਤਰ ਦਾ ਸੀਸ ਵੀ ਲਿਆ ਆ। ਰਾਜਾ ਹਜੇ ਪੰਥ ਕਿੱਥੋਂ? ਇਸ ਤਰ੍ਹਾਂ ਕਰ ਆਪਣੇ ਬੇਟੇ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰ ਲੈ। ਰਾਜਾ ਨਾਲੇ ਰੋ ਰਿਹਾ, ਰਾਜਾ ਨਾਲੇ ਰੋ ਰਿਹਾ, ਨਾਲੇ ਆਪਣੇ ਬੇਟੇ ਦੇ ਸਰੀਰ ਦੇ ਪੁੱਤਰ ਦੇ ਸਰੀਰ ਦੇ ਟੁਕੜੇ ਕਰ ਰਿਹਾ, ਪੁੱਤਰ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰ ਲਿਆ। ਕਹਿੰਦੇ ਕਾਟ ਵਾਢ ਡਲੀਆਂ ਕੀਨੀਆਂ, ਕਾਟ ਵਾਢ ਡਲੀਆਂ ਕੀਨੀਆਂ, ਧੋਏ ਧਾਏ ਦੇਗੇ ਵਿੱਚ ਪਾ, ਛੋਟੇ ਟੁਕੜੇ ਕਰਕੇ ਧੋ ਕੇ ਉਹਨੂੰ ਪਤੀਲੇ ਦੇ ਵਿੱਚ ਪਾ ਦਿੱਤਾ।
ਪਤੀਲੇ ਨੂੰ ਚੁੱਲ੍ਹੇ ਤੇ ਟਿਕਾ ਦਿੱਤਾ, ਦੇਗੇ ਨੂੰ ਚੁੱਲ੍ਹੇ ਤੇ ਟਿਕਾ ਲਿਆ, ਹੇਠਾਂ ਤੇ ਲੱਕੜੀਆਂ ਜੋੜੀਆਂ, ਤਾਰਾ ਰਾਣੀ ਅਗਨ ਜਲਾ। ਜਦੋਂ ਚੁੱਲ੍ਹੇ ਤੇ ਟਿਕਾ ਤਾਂ ਥੱਲੋਂ ਲੱਕੜੀਆਂ ਜੋੜੀਆਂ, ਜਦੋਂ ਤਾਰਾ ਰਾਣੀ ਉਸ ਲੱਕੜਾਂ ਦੇ ਵਿੱਚ ਅੱਗ ਬਲਣ ਲੱਗ ਗਈ ਤੇ ਰਾਜੇ ਨੇ ਉੱਥੇ ਰੋਕ ਲਿਆ, ਰਾਣੀ ਤੇਰੀਆਂ ਸਾਰੀਆਂ ਸ਼ਰਤਾਂ ਮੈਂ ਮੰਨੀਆਂ, ਤੇਰੀਆਂ ਸਾਰੀਆਂ ਸ਼ਰਤਾਂ ਮੈਂ ਮੰਨੀਆਂ, ਇੱਥੇ ਇੱਕ ਸ਼ਰਤ ਮੇਰੀ ਹੈ। ਰਾਜੇ ਨੇ ਉੱਥੇ ਸ਼ਰਤ ਰੱਖੀ, ਕਹਿੰਦੇ ਬੋਲੋ। ਕਹਿੰਦੇ ਇਹ ਲੱਕੜਾਂ ਵਿੱਚ ਅੱਗ ਬਲਣੀ ਚਾਹੀਦੀ ਹੈ, ਬਿਨਾਂ ਕਿਸੇ ਮਾਚਿਸ, ਬਿਨਾਂ ਕਿਸੇ ਚੀਜ਼ ਤੋਂ ਬਲਣੀ ਚਾਹੀਦੀ। ਕਹਿੰਦੇ ਰਾਜਾ ਰੁਕੋ, ਮੇਰੀ ਉਸ ਜਵਾਲਾ ਮਾਂ ਨਾਲ ਮੈਨੂੰ ਦੋ ਗੱਲਾਂ ਕਰ ਲੈਣ ਦੋ। ਧਿਆਨ ਲਗਾਇਆ ਤਾਰਾ ਨੇ ਮਹਾਰਾਣੀ ਦੇ ਨਾਲ ਗੱਲਾਂ, ਜਾਗੋ ਤਾਰਾ ਰਾਣੀ ਨੇ ਅੰਕਲ ਜੀ ਬੋਲੋ, ਜਾਗੋ ਜਾਗੋ ਜਵਾਲਾ ਮਾਂ ਇਹਨੇ ਸੌਣ ਦਾ ਪੈ, ਉਹ ਸੁੱਕੀਆਂ ਲੱਕੜਾਂ ਵਿੱਚੋਂ ਬਾਹਰ ਤੇਰੇ ਆਉਣੇ ਦਾ ਪੈ, ਜਾਗੋ ਜਾਗੋ ਇਹ ਨਹੀਂ ਸੌਣ ਦਾ ਪੈ। ਭੇਟਾਂ ਬਹੁਤ ਲੰਬੀਆਂ ਨੇ ਪਰ ਆਪਾਂ ਸਮੇਂ ਨੂੰ ਮੱਦੇ ਨਜ਼ਰ ਦੇਖ ਕੇ ਚੱਲ ਰਹੇ ਹਾਂ ਜੀ, ਕਿਉਂਕਿ ਰਾਜਾ ਜੀ ਨੂੰ ਨੀਂਦ ਆ ਰਹੀ ਹੈ, ਆਪਾਂ ਸਮੇਂ ਨੂੰ ਮੱਦੇ ਨਜ਼ਰ ਰੱਖਾਂਗੇ। ਸੱਚੇ ਦਰਬਾਰ ਕੀ, ਜਾਗੋ ਜਾਗੋ ਜਵਾਲਾ ਮਾਂ ਇਹ ਨਹੀਂ ਸੌਣ ਦਾ ਪਹਿਰ। ਰਾਜਾ ਇੱਕ ਵਾਰੀ ਚੁੱਲ੍ਹੇ ਕੋਲ ਆ ਕੇ ਕਹਿ ਦੇ, ਜਾਗੋ ਜਾਗੋ ਅਗਮ ਜਵਾਲਾ ਮੁਖੀ ਤੇਰਾ ਹਰੀਚੰਦ ਜਗਨ ਰਚਾਇਆ। ਰਾਜੇ ਨੇ ਜਦੋਂ ਇੰਨੀ ਗੱਲ ਕਹੀ ਚੁੱਲ੍ਹੇ ਕੋਲ ਆ ਕੇ, ਜਾਗੋ ਜਾਗੋ ਅਗਮ ਜਵਾਲਾ ਮੁਖੀ ਤੇਰਾ ਹਰੀਚੰਦ ਜਗਨ ਰਚਾਇਆ, ਬਿਨਾਂ ਕਿਸੇ ਚੀਜ਼ ਤੋਂ, ਬਿਨਾਂ ਕਿਸੇ ਮਾਚਸ ਤੋਂ ਉਹ ਲੱਕੜਾਂ ਦੇ ਵਿੱਚ ਅੱਗ ਬਲਣੀ ਸ਼ੁਰੂ ਹੋ ਗਈ, ਜੋਤ ਬਲਣੀ ਸ਼ੁਰੂ ਹੋ ਗਈ, ਜਿਹਦੇ ਉੱਤੇ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ। ਕਹੋ ਸੱਚੇ ਦਰਬਾਰ ਕੀ। ਕਹਿੰਦੇ ਮਾਰ ਭਵਕ ਭਈ ਪ੍ਰਚੰਡਾ ਤੇ ਭਗਤਾਂ ਤੇ ਹੋਈ ਸਹਾਈ, ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ। ਰਾਜਾ ਇਸ ਪ੍ਰਸ਼ਾਦ ਦੇ ਪੰਜ ਛਾਂਦੇ ਕਰ ਲੈ ਜਿਹੜੇ ਲੈਣ ਗਏ ਨੇ ਭਾਜੀ, ਇੱਕ ਤੇਰਾ ਤੇ ਇੱਕ ਮੇਰਾ। ਸਭ ਤੋਂ ਪਹਿਲਾਂ ਜਵਾਲਾ ਮਾਂ ਨੂੰ ਭੋਗ ਲਗਾਇਆ ਜਾਏਗਾ, ਜਵਾਲਾ ਮਾਂ ਨੂੰ ਭੋਗ ਲਗਾਇਆ ਗਿਆ। ਬਾਕੀ ਕਿੰਨੇ ਬਚ ਗਏ ਜੀ? ਤਿੰਨ। ਕਿਹੜੇ ਸਕੂਲ ਪੜ੍ਹਿਆ? ਨਹੀਂ ਉਹ ਵੀ ਸਹੀ ਆ, ਉਹ ਵੀ ਸਹੀ ਆ, ਮੈਂ ਵੀ ਗੱਲ ਘੁਮਾ ਕੇ ਪੁੱਛੀ ਆ, ਉਹਨੇ ਸਹੀ ਆਨਸਰ ਦਿੱਤਾ। ਕਹੋ ਸੱਚੇ ਦਰਬਾਰ ਕੀ। ਜਵਾਲਾ ਮਾਂ ਨੂੰ, ਜਵਾਲਾ ਮਾਂ ਨੂੰ ਭੋਗ ਲਗਾਇਆ, ਬਾਕੀ ਕਿੰਨੇ ਬਚ ਗਏ? ਚਾਰ। ਇੱਕ ਤੇਰਾ ਤੇ ਇੱਕ ਮੇਰਾ, ਬਾਕੀ ਕਿੰਨੇ ਬਚ ਗਏ? ਦੋ। ਸਹੀ ਸੀ, ਇਹਨੇ ਆ ਜਵਾਬ ਦਿੱਤਾ ਸੀ, ਬਾਕੀ ਕਿੰਨੇ ਬਚ ਗਏ? ਦੋ। ਰਾਜਾ ਘੋੜਾ ਔਰ ਉਸਕਾ ਬੇਟਾ। ਦੂਰ ਕੀ ਸੋਚਦੇ ਹੋ, ਕਿੰਨੀ ਕੁ ਦੂਰ ਦੀ ਸੋਚਦਾ ਭਰਾਵਾ, ਦੇਖ ਲਈ ਦੋ ਮਿੰਟ, ਦੋ ਮਿੰਟ ਦੇ ਫਰਕ ਨਾਲ ਸੋਚਦਾ, ਪਰ ਉਹ ਦੋ ਮਿੰਟ ਦੀ ਸੋਚ ਦੂਰ ਦੀ ਵੀ ਬਹੁਤ ਦੂਰ ਚਲੇ ਜਾਂਦੀ ਹੈ ਜੀ। ਦੋ ਮਿੰਟ ਦੀ ਸੋਚ ਅਗਰ ਆਪਾਂ ਕਹਿ ਲਈਏ ਨਾ ਜੀ, ਦੋ ਮਿੰਟ ਦੀ ਦੂਰ ਦੀ ਸੋਚ ਉਹ ਬਹੁਤ ਕੁਛ ਬਚਾ ਕਰ ਦਿੰਦੀ ਹੈ ਜੀ, ਦੋ ਮਿੰਟ ਨਾਲ। ਦੋ ਮਿੰਟ ਨਾਲ ਜਦੋਂ ਆਪਣਾ ਪ੍ਰਸ਼ਾਦ ਖਾਣ ਲੱਗਿਆ, ਉਹਦੇ ਪੁੱਤਰ ਦੀ, ਉਹਦੇ ਬੇਟੇ ਦੀ ਜਿਹੜੀ ਚੀਚੀ ਉਂਗਲ ਸੀ ਰਾਜੇ ਦੇ ਮੂੰਹ ਦੇ ਵਿੱਚ ਆ ਗਈ, ਰਾਜੇ ਦੇ ਮੂੰਹ ਦੇ ਵਿੱਚ ਆਈ, ਰਾਜਾ ਤਾਹਾ ਮਾਰ ਕੇ ਰੋਣ ਲੱਗ ਗਿਆ, ਰਾਣੀ ਤੂੰ ਚੰਗਾ ਨਹੀਂ ਕੀਤਾ, ਪਹਿਲਾਂ ਮੇਰੇ ਹੱਥੋਂ ਮੇਰਾ ਪੁੱਤ ਮਰਵਾ ਤਾ, ਪਹਿਲਾਂ ਮੇਰੇ ਹੱਥੋਂ ਮੇਰਾ ਪੁੱਤ ਮਰਵਾ ਤਾ, ਹੁਣ ਉਹਦਾ ਪ੍ਰਸ਼ਾਦ ਮੈਨੂੰ ਖਵਾਉਣ ਲੱਗੀ ਆ, ਰਾਣੀ ਤੂੰ ਚੰਗਾ ਨਹੀਂ ਕੀਤਾ। ਅਗਰ ਉਹ ਮੇਰਾ ਪੁੱਤਰ ਸੀ, ਤੇਰਾ ਵੀ ਤਾਂ ਪੁੱਤਰ ਸੀ, ਅਗਰ ਉਹ ਮੇਰਾ ਪੁੱਤਰ ਸੀ ਤੇ ਤੇਰਾ ਵੀ ਪੁੱਤਰ ਸੀ, ਰਾਣੀ ਮੈਂ ਆਪਣੇ ਪੁੱਤਰ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਇੱਕੋ ਇੱਕ ਮੇਰਾ ਪੁੱਤਰ ਸੀ ਅੱਖੀਆਂ ਦਾ ਤਾਰਾ, ਤੂੰ ਉਹਨੂੰ ਵੀ ਮੇਰੇ ਹੱਥੋਂ ਮਰਵਾ ਦਿੱਤਾ, ਮੈਂ ਆਪਣੇ ਪੁੱਤਰ ਤੋਂ ਬਿਨਾਂ ਜ਼ਿੰਦਾ
ਰਾਣੀ ਕੀ ਕਹਿ ਰਹੀ ਹੈ, ਅਬ ਪਛਤਾਇਆ ਕਿਉਂ ਹੋਈਏ, ਜਦ ਚਿੜੀਆਂ ਚੁੱਗ ਗਈ ਖੇਤ, ਲੱਖ ਸਮਝਾਇਆ ਰਾਜਨ ਤੈਨੂੰ, ਸਾਡੀ ਇੱਕ ਨਾ ਮੰਨੀ ਹੇਤ ਕੋ, ਸੱਚੇ ਦਰਬਾਰ ਕੀ। ਰਾਜਾ ਕਹਿ ਰਿਹਾ, ਰਾਜਾ ਕਿੱਥੇ ਆਪਣੇ ਪੁੱਤਰ ਤੋਂ, ਜਿਹੜਾ ਪੁੱਤਰਾਂ ਦਾ ਪਿਆਰ ਹੁੰਦਾ, ਬੱਚਿਆਂ ਦਾ ਪਿਆਰ ਹੁੰਦਾ, ਉਹ ਬੱਚਿਆਂ ਦਾ ਹੀ ਹੁੰਦਾ ਭਾਜੀ, ਕੋ ਸੱਚੇ ਦਰਬਾਰ ਕੀ। ਨੀ ਤਾਰਾ ਮੋਹੇ, ਜਾਗਦੇ ਹੋ, ਨੀ ਤਾਰਾ ਮੋਹੇ ਪੁੱਤਰੀ ਵਿਯੋਗ ਨਾ ਭਾਏ, ਸੁਨ ਤਾਰਾ ਮੋਹੇ ਪੁੱਤਰ ਵਿਯੋਗ ਨਾ ਭਾਏ, ਸੁਨ ਤਾਰਾ ਮੋਹੇ ਪੁੱਤਰ ਵਿਯੋਗ ਨਾ ਭਾਏ, ਸੁਨ ਤਾਰਾ ਮੋਹੇ ਪੁੱਤਰ ਵਿਯੋਗ ਨਾ ਭਾਏ। ਪੁੱਤਰਾਂ ਦੇ ਕਾਰਨ ਮਰ ਗਏ ਦਸ਼ਰਥ ਰਾਜਾ, ਪੁੱਤਰਾਂ ਦੇ ਕਾਰਨ ਮਰ ਗਏ ਦਸ਼ਰਥ ਰਾਜਾ, ਹੋ ਜਾਦੇ ਰਾਮ ਬਣਾ ਕੋ ਜਾਏ, ਨੀ ਤਾਰਾ ਮੋਹੇ ਪੁੱਤਰੀ ਵਿਯੋਗ ਨਾ ਭਾਏ, ਸੁਨ ਤਾਰਾ ਮੋਹੇ ਪੁੱਤਰੀ ਵਿਯੋਗ ਨਾ ਭਾਏ।